ਕਿਹੜੀ? ਇਹ ਜਿਹੜੀ ਫੜੀ ਤੂੰ ਹੱਥ 'ਚ, ਇਹ ਨਾਰੇ ਆ ਵਿੱਚ ਬੱਚੇ ਤੇ ਹੁੰਦੀ ਕੀ ਗਿੱਦੜ ਸਿੰਘ ਜੀ? ਉਸਤਾਦ ਇੱਕ ਮਿੰਟ, ਉਸਤਾਦ ਇਹ ਕੀ ਚੀਜ਼ ਹੈ? ਆਹਾ ਆਹਾ ਇਹ ਸੱਪ ਦੀ ਹੱਡੀ ਹੁੰਦੀ। ਇਹ ਕੰਮ ਕੀ ਕੰਮ ਇਹਦਾ ਹੁੰਦਾ? ਇਹਦਾ ਕੰਮ ਇਹ ਸੋਕੜੇ ਵਾਸਤੇ, ਜਿਹੜੇ ਬੱਚੀ ਬੱਚੇ ਨੂੰ ਸੋਕੜਾ ਹੋਵੇ ਜਾਂ ਅਗਰ ਖਰਾ ਹੋਵੇ ਜਾਂ ਕੋਈ ਵੀ ਬਿਮਾਰੀ ਐਸੀ ਜਿਹੜੀ ਦਵਾਈਆਂ ਨਾਲ ਨਹੀਂ ਜਾਂਦੀ ਪਈ, ਇਹਨੂੰ ਚਮ ਦੇ ਵਿੱਚ ਮੜਾ ਕੇ ਬਾਜ਼ੂ ਨਾਲ ਬੰਨ ਲਓ। ਇੱਕ ਫਕੀਰ ਨੇ ਮੈਨੂੰ ਦਿੱਤਾ ਸੀ ਇਹਦਾ। ਅਤੇ ਸਹੀ, ਇਹਦਾ ਫਾਇਦਾ ਹੈ ਨਹੀਂ ਤੇ ਗਿੱਦੜ ਸਿੰਘ ਤਾਂ ਕੀ ਕਮਾਲ ਸਾਦ ਆਈ ਹੁੰਦੀ ਮੇਰੇ। ਹਾਂ ਬਿਲਕੁਲ ਸਹੀ, ਚੰਗੀ ਸ਼ੈ ਨਾ ਜੀ, ਬੜੀ ਅੱਛੀ ਚੀਜ਼। ਇਹਦਾ ਗਿੱਦੜ ਸਿੰਘ ਜੀ ਦਾ ਵੀਰ ਇਹ ਕੰਮ ਹੁੰਦਾ ਹੈ, ਅੰਗ ਸਾਖ ਬਾਈ ਬਲਿਆਦਰ ਦੂਜੀ ਦੁਸ਼ਮਣ ਵਾਸਤੇ ਕਰਦੇ ਵਿੱਚ ਪਈ ਹੋਵੇ ਜਾਂ ਵਿੱਚ ਮਨ ਅੱਛਾ। ਹੋਰ ਮੈਂ ਆਖੀ ਜਾਵਾਂ ਜੇ ਚਾਂਦੀ ਸੋਨਾ ਇਕੱਠਾ ਕਰਦੀ ਜਾਂ ਦੌਲਤ ਇਕੱਠੀ ਕਰਦੀ ਤੇ ਮੈਂ ਅਸਰ ਰੁਪਏ ਕਿਤੇ ਨਾ ਲੈਂਦਾ, ਇੱਥੇ ਜ਼ਰੂਰ ਕੁੱਤੇ ਪਕਾਉਣੇ ਸੀ। ਅੱਛਾ ਬੈਗ ਇਕੱਠੀ ਕੀਤੀ ਰਾਤ ਬਾਈ, ਆਪਣੇ ਕੋਲ ਗੱਲਾਂ ਨੇ ਖਰਚ ਸਹੀ ਬਾਈ ਸਮਝ ਸੀ, ਪਰ ਹਲੇ ਆਏ ਕਿ ਇਹਦਾ ਫਾਇਦਾ ਹੁੰਦਾ। ਆਪਣੇ ਵਡੇਰਿਆਂ ਤੋਂ ਚੱਲਿਆ ਆ ਰਿਹਾ। ਅੱਛਾ, ਯਾਨੀ ਕਿ ਹੋਵੇ ਕੰਮ ਹੋ ਜਾਂਦਾ ਇਨਸ਼ਾਅੱਲਾ ਤਾਲਾ ਹੁਕਮ ਰੱਬ ਦਾ। ਉਸਤਾਦ ਇਸ ਗੀਤ ਦਿੰਦੇ ਕਿਉਂ ਨਹੀਂ? ਲਾਲਾ ਇਹ ਤੈਨੂੰ ਅੱਗੇ ਦੱਸਿਆ ਸੀ, ਜੋਗਿੰਦ ਜਾਨ ਹੁੰਦੀ ਹੈ, ਦਾਜ ਹੁੰਦਾ। ਅੱਛਾ, ਅਸੀਂ ਦਿੰਦੇ ਉਹਨੂੰ ਹੈ ਜਿਹੜਾ ਬੰਦਾ ਸਮਝਦਾ ਹੈ ਤੇ ਇਸ ਚੀਜ਼ ਨੂੰ ਸਾਂਭ ਕੇ ਰੱਖੇ। ਹੁਣ ਤੂੰ ਸਾਡੇ ਮੇਰੀ ਬੜੀ ਖਵਾਇਸ਼ ਦਿਲ ਚ ਯਾਰ, ਹੁਣ ਸੁਣ, ਹੁਣ ਤੂੰ ਲੈ ਕੇ ਇੱਥੇ ਦੇਵੇਂ ਸੱਟ ਨਾ ਜੀ, ਨਾ ਨਾ ਦਿਲ ਤੇ ਟੁੱਟਣ ਵਾਲੀ ਗੱਲ ਨਹੀਂ, ਸਵਾਲ ਨਹੀਂ ਪੈਦਾ ਹੁੰਦਾ। ਮੈਨੂੰ ਫਕੀਰ ਨੇ ਕਹਿਆ ਸੀ, ਮੈਂ ਆਖਿਆ ਤੈਨੂੰ ਮੈਂ ਕਦੇ ਟੱਕਰਾਂਗਾ ਤੇ ਮੈਂ ਦਿੰਦਾਗਾ, ਵਾਅਦਾ ਰਿਹਾ ਤੈਨੂੰ। ਇਹਦਾ ਹਦੀਆ ਥੋੜਾ ਜਿਹਾ ਕਰ ਲੈ, ਤੈਨੂੰ ਬੱਚਾ ਇੱਕ ਜੋੜਾ ਦੇ ਜਾਂਦੇ ਰੱਖਣ ਵਾਸਤੇ। ਹਦੀਆ ਕਿੰਨਾ ਜੇ ਰੱਖ ਲਿਆ ਸਾਂਭ ਕੇ? ਹਦੀਆ ਕੀ? ਹਦੀਆ ਇਹਦਾ ਹੈ ਇੱਕ ਰੁਪਇਆ 2500। 2500? ਜਾਨ ਵੀ ਹੈ ਜਾਂ ਆਈ ਸਮਝ ਸੀ ਇਹ ਅੱਲਾ, ਜਿਵੇਂ ਆਪਾਂ ਪੀਰ ਦੇ ਕੋਲੋਂ ਤਵੀਜ਼ ਲੈਣੇ ਨਾ, ਤਵੀਜ਼ ਦੇ ਵਿੱਚ ਅਮਲ ਹੁੰਦਾ। ਹਾਸਲਪੁਰ ਕਿੱਥੇ ਰਹਿੰਦਾ? ਫਤਿਹ ਸਾਡੇ ਰਿਸ਼ਤੇਦਾਰ ਬੈਠੇ ਹਕੀਕਤ ਗੱਲ ਬਹੁਤ ਥੋੜੇ ਯਾਰ ਐਸ ਨੂੰ ਹੈ ਹੀ ਕੋਈ ਨਹੀਂ।